ਆਕ ਨੂੰ ਆ ਯਾਰ ਕੁੱਕੜ ਦਾ ਪਤਾ ਕਰੇ ਦਾ ਕੰਮ ਕਰਨੇ ਮਹਿਮੂਦ ਸਾਹਿਬ ਤੁਹਾਡੇ ਕੋਲ ਵੀ ਇੱਕ ਗੱਲ ਪੁੱਛਾ ਆਪਨੇ ਅਬ ਤੱਕ ਸਟੇਜ ਤੇ ਕੌਣ ਕੌਣ ਸੇ ਉਲਮਾ ਇਕਰਾਮ ਮੁਤਾਰਫ ਕਰਵਾਏ ਤਦਾਦ ਔਰ ਨਾਮ ਬਤਾਏ ਇੱਕ ਮੇਰਾ ਵੀ ਦਿਲ ਕਰਦਾ ਕਿ ਮੈਂ ਇੱਕ ਗੱਲ ਪੁੱਛਾਂ ਕਿਹਨ ਸੇ ਤੁਹਾਡੇ ਕੋਲੋਂ ਮੇਰਾ ਦਿਲ ਕਰਦਾ ਕਿ ਮਹਿਮੂਦ ਸਾਹਿਬ ਤੁਹਾਡੇ ਕੋਲ ਵੀ ਇੱਕ ਗੱਲ ਪੁੱਛਾਂ ਵੀ ਤੁਸੀਂ ਉਲਮਾ ਇਕਰਾਮ ਦੇ ਇੰਟਰਵਿਊ ਕਰ ਰਹੇ ਹੋ ਆਕ ਨੂੰ ਆ ਯਾਰ ਕੁੱਕੜ ਦਾ ਪਤਾ ਕਰੇ ਦਾ ਕੰਮ ਕਰਨੇ ਇਹ ਮੇਰਾ ਇੱਕ ਇਹ ਸਵਾਲ ਹੈ ਕਿ ਤੁਸੀਂ ਉਲਮਾ ਇਕਰਾਮ ਦੇ ਇੰਟਰਵਿਊ ਕਰ ਰਹੇ ਹੋ ਤੇ ਅੱਲਾ ਪਾਕ ਤੁਹਾਨੂੰ ਖਲੂਸ اخلاق اخلاص ਦੀ ਦੌਲਤ عطا ਮਜ਼ੀਦ ਕਰੇ ਤੁਹਾਡੇ ਕੋਲ ਵੀ ਮੈਂ ਪੁੱਛ ਸਕਣਾ ਕਿ ਇਹ ਤੁਹਾਡਾ ਕੀ ਇਸ ਮਾਮਲੇ ਦੇ ਲਈ ਮਕਸਦ ਹੈ ਤੁਹਾਡੀ ਤਮੰਨਾ ਚਾਹਤ ਆਰਜ਼ੂ ਕੀ ਹੈ ਕਿ ਤੁਸੀਂ ਉਲਮਾ ਇਕਰਾਮ ਦੇ ਇੰਟਰਵਿਊ ਕਰ ਰਹੇ ਹੋ ਸ਼ੇਖ ਸਵਾਲ ਆਪਕਾ ਮੁਸ਼ਕਿਲ ਹੈ ਬਰਲ ਜਵਾਬ ਹਮੇ ਦੇਣਾ ਪੜੇਗਾ ਕਿਉਂਕਿ ਹਮ ਆਪਸੇ ਜਵਾਬ ਲੈ ਰਹੇ ਹਾਂ ਸ਼ੇਖ ਮਸਲਾ ਇਹ ਹੈ ਕਿ ਹਮਨੇ ਸੋਚਾ ਕਿ ਕਿਉਂ ਨਾ ਹੋ ਕਿ ਇੱਕ ਚੈਨਲ ਐਸਾ ਮੁਤਾਰਫ ਕਰਵਾਇਆ ਜਾਏ ਕਿ ਹਰ ਆਲਮ ਦੀਨ ਦਾ ਜੋ ਹੈ ਨਾ ਉਹ ਤਾਰਫ ਸਾਹਮਣੇ ਲਾਇਆ ਜਾਏ इनके ए, क्या इनकी तालीम है कहाँ से पढ़े हैं कहाँ तक ये और कैसे आज तक हमारी वाम को नहीं पता था इनके मुक्तदी को नहीं पता था सामने बैठने वाले को नहीं पता था तो हमने ये सोचा कि एक चैनल होना चाहिए जो अवामनास को सब लोगों को पता चल जाए बिल्कुल हमारा ये मकसद बड़ी बात देखो जी बाज़िल ऐसे ने जिन्हें वाकई महल्ले वालू नहीं पता ਜੀ ਬਿਲਕੁਲ ਤੇ ਉਹ ਫਿਰ ਜਦੋਂ ਤਾਰਫ ਦੇ ਤੌਰ ਤੇ ਪੂਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਨਾ ਉਹ ਫਿਰ ਮਤਲਬ ਹਰ ਇੱਕ ਦੇ ਇਲਮ ਵਿੱਚ ਬਾਤ ਆ ਜਾਂਦੀ ਹੈ ਤੇ ਜਿਹੜੀ ਅੱਛੀ ਬਾਤ ਹੈ ਤੁਹਾਡੀ